सब्सक्राइब करो NC7 न्यूज नो ते लेटेस्ट अपडेट पाने लिए प्रेस करो बेल आइकन। इस वेले दी वड्डी खबर बीजेपी सरकार दे वलों लागू कीते काले कानूनां नूं लैके किसान लगातार विरोध प्रदर्शन कर रहे ने। दिल्ली दे बॉर्डर ते लगातार डटे हुए ने, दिल्ली नूं चारों तरफों घेरिया होया है। उन्हां दा कहना है कि जदों तक केंद्र इन्हां काले कानूनां नूं रद्द नहीं कर दिंदा उदों तक ओह वापस नहीं परतणगे। ते हुण उन्हां दे समर्थन दे विच ऑल पंजाब ट्रक ऑपरेटर यूनियन भी मैदान दे विच उतर आई है। उन्हां दा कहना है कि ओह भी किसानां दा समर्थन करदे ने ते केंद्र वलों लागू कीते काले कानूनां दा विरोध करदे ने। इस करके 7 दिसंबर माधोपुर बॉर्डर ते अनमिथे समय लई ट्रकां दा चक्का जाम कीता जावेगा। असीं पंजाब दे ऑल पंजाब ट्रक ऑपरेटर यूनियन वालों, ट्रांसपोर्ट विंग वालों, जिहड़े साडे जगजीत सिंह जी बैठे नाल, उन्हां वालों इह सांझी कर रहे हैं कि असीं 7 तरीक नूं जिहड़ा इक तां चक्का जाम दा ऐलान कीता होया, दूजा असीं 7 तरीक नूं माधोपुर बैरियर दे उत्ते जा के उत्थे बैरियर ते बैठांगे और ओह जिहड़ा बैरियर आ उत्थे बैठ के रोड दे उत्ते बैठ के जिहड़ा अपना शांतिपूर्ण तरीके नाल अपना प्रोटेस्ट करांगे तां कि जिहड़ी मोदी दी सरकार आ इह सुत्ती पई आ इहनूं जगाउण वास्ते असीं माधोपुर जा रहे हैं तां कि G&K जिहड़ा बॉर्डर आ उह बंद कर दित्ता जावे ते पंजाब दे नाल जिहड़ा G&K दा आ उह कनैक्शन दोनों दा टुट जूगा, उहनूं लै के असीं प्रैस कॉन कर रहे हैं। बाकी असीं कल दिल्ली जा रहे हैं, दिल्ली साडी 3 बजे साडी मीटिंग आ ऑल इंडिया मोटर कांग्रेस दे नॉर्थ दे जिन्ने भी साडे प्रधान साहब हन, साडी कमेटी आ उहदी मीटिंग आ, उहदे विच अंतिम फैसला करांगे भी असीं होर संघर्ष नूं किस तरीके नाल तिखा करना और उच्च जिहड़ा हैगा कल फिर शाम नूं असीं जिहड़ा प्रेस कॉन करदे। ਉਹ ਇਸ ਤਰ੍ਹਾਂ ਹੈ ਕਿ ਸਟੈਪ ਬਾਈ ਸਟੈਪ ਹੋਊਗਾ। ਪਹਿਲਾਂ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਪੰਜਾਬ ਦੇ ਟਰੱਕ ਆਪਰੇਟਰ ਆ ਇਹ ਕਿਸਾਨਾਂ ਦੇ ਨਾਲ ਖੜੇ ਆ, ਇਹ ਆਪ ਕਿਸਾਨ ਆ। ਜੇ ਪੰਜਾਬ ਦਾ ਕਿਸਾਨ ਨਾ ਬਚਿਆ ਤਾਂ ਪੰਜਾਬ ਦਾ ਟਰੱਕ ਆਪਰੇਟਰ ਨਹੀਂ ਬਚਣਾ, ਇਹ ਤਾਂ ਸਮਝਦਾ ਟਰੱਕ ਆਪਰੇਟਰ ਦੀ ਛੋਟੀ ਗੱਲ ਆ। ਪੰਜਾਬ ਨਹੀਂ ਬਚਣਾ ਜੇ ਪੰਜਾਬ ਦੀ ਨੌਜਵਾਨ ਨਹੀਂ ਬਚਣੇ ਔਰ ਜਿਹੜੇ ਵੀ ਕੋਈ ਵੀ ਆਪਾਂ ਚਾਹੇ ਕੋਈ ਵਪਾਰ ਮਨਿਆਰੀ ਦੀ ਦੁਕਾਨ ਕਰਦਾ, ਚਾਹੇ ਕੋਈ ਕਰਿਆਨੇ ਦੀ ਦੁਕਾਨ ਕਰਦਾ, ਚਾਹੇ ਕੱਪੜੇ ਦੀ ਦੁਕਾਨ ਕਰਦਾ, ਸਾਰੀਆਂ ਪ੍ਰਭਾਵਿਤ ਹੋਣਗੀਆਂ। ਜੇ ਮੇਰੀ ਜੇਬ 'ਚ ਪੈਸਾ ਨਹੀਂ ਹੋਊਗਾ ਤਾਂ ਵਪਾਰ ਕਿੱਦਾਂ ਚੜੂਗਾ? ਸਾਡਾ ਖੇਤੀਬਾੜੀ ਸੂਬਾ ਆ ਅਤੇ ਸਾਡਾ ਸਾਰਾ ਕੰਮ ਜਿਹੜਾ ਖੇਤੀਬਾੜੀ ਦੇ ਨਾਲ ਚੱਲਦਾ। ਜੇ ਸਾਡੀ ਖੇਤੀ ਫੇਲ ਹੋ ਗਈ ਤਾਂ ਮੇਰਾ ਖਿਆਲ ਹੈ ਪੰਜਾਬ ਫੇਲ ਹੋ ਜੂਗਾ, ਪੰਜਾਬ ਇੱਕ ਕੰਗਾਲ ਹੋ ਜੂਗਾ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਛੋਟੇ ਕਿਸਾਨ ਆ, ਥੋੜ੍ਹੀਆਂ ਜ਼ਮੀਨਾਂ ਆ ਔਰ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਅਨਾਜ ਪੈਦਾ ਕੀਤਾ ਔਰ ਸਾਰੀ ਦੁਨੀਆ ਦਾ ਢਿੱਡ ਭਰਿਆ, ਅੱਜ ਜਦੋਂ ਪੰਜਾਬ ਦਾ ਕਿਸਾਨ ਆ ਅੱਜ ਉਹ ਦੁਖੀ ਆ ਸਰਕਾਰ ਦੀਆਂ ਪੋਲਸੀਆਂ ਤੋਂ। ਜੇ ਆਪਾਂ ਝੋਨੇ ਦੀ MSP ਖਤਮ ਕਰਤੀ ਤਾਂ ਇਹੀ ਝੋਨਾ ਜਿਹੜਾ ਆਪਣੇ 1900 ਨੂੰ ਵਿਕਦਾ, ਇਹ ਹਰਿਆਣੇ ਵਿੱਚ ਆਪਣੇ UP ਦੇ ਵਿੱਚ 1050-1100 ਰੁਪਏ ਵਿਕਦਾ। ਜੇ ਪੰਜਾਬ ਦੇ ਛੋਟੇ ਕਿਸਾਨ ਨੇ ਤਾਂ ਖਤਮ ਹੋ ਜਾਣਗੇ ਪੰਜਾਬ, UP ਹੋ ਗਿਆ, ਬਿਹਾਰ ਹੋ ਗਿਆ, ਵੱਡੇ ਕਿਸਾਨ ਨੇ, ਵੱਡੀਆਂ ਲੋਕਾਂ ਦੀਆਂ ਜ਼ਮੀਨਾਂ ਆ ਕਿਉਂਕਿ ਸਸਤੀਆਂ ਹੋਣ ਕਰਕੇ। ਸਾਡੇ ਤਾਂ ਬਹੁਤੇ ਮੇਰਾ ਖਿਆਲ 80% ਕਿਸਾਨ ਆ ਜਿਨ੍ਹਾਂ ਦੀ ਜ਼ਮੀਨ ਵੀ 2-3 ਏਕੜ ਤੋਂ ਥੱਲੇ ਆ ਅਤੇ ਉਹ ਤਾਂ ਖਤਮ ਹੋ ਜਾਊਗਾ। ਅਤੇ ਉਹਨੂੰ ਬਚਾਉਣ ਲਈ ਉਹਦਾ ਸਹਾਇਕ ਧੰਦਾ ਕੋਈ ਟਰਾਂਸਪੋਰਟ ਆ ਕੋਈ ਜਿਹੜਾ ਵੀ ਧੰਦਾ ਕਰਦੇ ਆ ਉਹ ਵੀ ਨਾਲ ਚੌਪੜ ਹੋ ਜਾਊਗਾ, ਉਹਨੂੰ ਲੈ ਕੇ ਲੱਗੇ ਹੋਏ ਆ। ਦੇਖੋ ਇਹ ਬੜੀ ਦੁੱਖ ਵਾਲੀ ਗੱਲ ਆ ਕਿ ਜੇ ਦੇਸ਼ ਆਜ਼ਾਦ ਕਰਾਉਣਾ ਸੀ ਜਾਂ ਕੋਈ ਆਪਣਾ ਕੁਰਬਾਨੀਆਂ ਦੀ ਲੋੜ ਪੈਂਦੀ ਆ ਅਤੇ ਪੰਜਾਬੀਆਂ ਦੀਆਂ ਜਿਹੜੀਆਂ ਕੁਰਬਾਨੀਆਂ 92% ਆਬਾਦੀ 2% ਜਦੋਂ ਸੰਘਰਸ਼ ਦੀ ਲੋੜ ਪੈਂਦੀ ਆ ਉਦੋਂ ਇਹ ਕੰਮ। ਅਤੇ ਅੱਜ ਜੇ ਸਰਕਾਰ ਮੋਦੀ ਦੀ ਜਿਹੜੀ ਆ ਜਿਹਨੂੰ ਦੇਸ਼ ਆਜ਼ਾਦ ਕਰਾਇਆ ਸਾਡੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੇ, ਰਾਜਗੁਰੂ ਸੁਖਦੇਵ ਨੇ, ਉਸ ਕੁਰਸੀ 'ਤੇ ਨਰਿੰਦਰ ਮੋਦੀ ਬੈਠਾ, ਉਹ ਪੰਜਾਬੀਆਂ ਦੀ ਦੇਣ ਆ। ਅੱਜ ਉਹ ਹੰਕਾਰ ਦੇ ਨਾਲ ਉਹਨਾਂ ਪੰਜਾਬੀਆਂ ਨੂੰ ਮਾਰ ਰਿਹਾ ਜਿਸ ਗੁਰੂ ਨੇ ਉਹਨਾਂ ਦੀ ਰੱਖਿਆ ਕੀਤੀ, ਅੱਜ ਉਸ ਗੁਰੂ ਦੇ ਬੱਚਿਆਂ ਨੂੰ ਮਾਰ ਰਹੇ ਆ, ਉਹਨੂੰ ਲੈ ਕੇ ਸਾਰੇ ਪੰਜਾਬ ਇਕੱਠੇ। ਕਿੰਨੀ ਦੇਰ ਲਈ ਜਿਹੜੀ ਹੈ ਮਾਧੋਪੁਰ ਦੇ ਉੱਪਰ ਜਿਹੜੇ ਆ ਤੁਹਾਡੀ ਹੜਤਾਲ ਜਾਰੀ ਹੈ? ਪਹਿਲਾਂ ਅਸੀਂ 1 ਦਿਨ ਵਾਸਤੇ ਕਰਾਂਗੇ, ਫਿਰ ਅਸੀਂ ਸਰਕਾਰ ਨੂੰ 3-4 ਦਿਨ ਦਾ ਉੱਥੇ ਟਾਈਮ ਦੇਵਾਂਗੇ ਵੀ ਸਰਕਾਰ ਕਿੰਨੇ ਦਿਨ ਦੇ ਵਿੱਚ ਸਾਡੀ ਕਿਸਾਨਾਂ ਦੀ ਗੱਲ ਸੁਣੂਗੀ, ਠੀਕ ਆ? ਨਹੀਂ ਤਾਂ ਫਿਰ ਉਸ ਤੋਂ ਬਾਅਦ ਅਣਮਿੱਥੇ ਸਮੇਂ 'ਚ ਬੈਠਾਂਗੇ। ਔਰ ਇਹਦੇ ਨਾਲ ਨਾਲ ਅਸੀਂ ਜਿਵੇਂ ਹਿਮਾਚਲ ਆ, ਹੋਰ ਸਟੇਟਾਂ ਦੇ ਜਿਹੜੇ ਪੰਜਾਬ ਨਾਲ ਬਾਰਡਰ ਲੱਗਦੇ ਆ ਉਹ ਵੀ ਬੰਦ ਕਰ ਉਹ ਨੌਰਥ ਇੰਡੀਆ ਦਾ ਪਹਿਲਾਂ ਕਰ ਰਹੇ ਹਾਂ, ਕੱਲ੍ਹ ਨੌਰਥ ਇੰਡੀਆ ਨਾਲ ਮੀਟਿੰਗ ਹੈ ਸਾਰਿਆਂ ਨਾਲ। ਅਸੀਂ ਪੰਜਾਬ ਦਾ ਕਰ ਹੀ ਰਹੇ ਹਾਂ ਪਰ ਨੌਰਥ ਇੰਡੀਆ ਵੀ ਕਹਿੰਦੇ ਵੀ ਅਸੀਂ ਵੀ ਨਾਲ ਜਿਹੜੇ ਲੱਗਾਂਗੇ। ਉਹ ਕੱਲ੍ਹ ਮੀਟਿੰਗ ਹੋਊਗੀ, ਉਹ ਮੀਟਿੰਗ ਤੋਂ ਬਾਅਦ ਅੰਤਿਮ ਫੈਸਲਾ ਜਿਹੜਾ ਨੌਰਥ ਇੰਡੀਆ ਦੀ ਮੀਟਿੰਗ ਹੋਣ ਤੋਂ ਬਾਅਦ ਹੀ ਲਿਆ ਜਾਊਗਾ। ਕੱਲ੍ਹ 4 ਵਜੇ ਦਿੱਲੀ ਦੇ ਵਿੱਚ ਜਿੱਥੇ ਕਿਸਾਨ ਧਰਨੇ ਦਾ ਅੰਦੋਲਨ ਚੱਲ ਰਿਹਾ ਉੱਥੇ ਅਸੀਂ ਇਕੱਠੇ ਹੋ ਰਹੇ ਸਵੇਰੇ, ਇਸ ਤੋਂ ਸਵੇਰੇ 5 ਵਜੇ ਚੱਲ ਜਾਣਾ, 10 ਵਜੇ ਉੱਥੇ ਪਹੁੰਚ ਜਾਣਾ ਅਤੇ ਸ਼ਾਮ ਨੂੰ ਅੰਤਿਮ ਫੈਸਲਾ ਮੀਟਿੰਗ ਤੋਂ ਬਾਅਦ ਉੱਥੇ ਕਰਾਂਗੇ। ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਬੈਠੇ ਹਾਂ,
सिट्टे की जी पहली गल ये आ जे बिल किसानों के हक का आ मेरी भी बीजेपी के लीडर गल होती रही है सारे मैं फोन पर भी गल करने की कोशिश जो पंजाब न संबंधित आ मैं भी यही कहें कि पंजाब के किसानों के हित का बिल आ जे पंजाब के किसानों का हित का गल आ तो तुम भी इस गल समझे आप भी समझते हैं कि अज पंजाब का किसान भी पढ़िया लिखा है तुम भी सारे मीडिया आ सारा दिखा रहा है कि जे पंजाब के हित की गल आ तो क्यों नहीं फिर आके क्लीयर कर देंगे भी आड़ा है आह जी तुम गल करते हैं तो अभी ऑलरेडी कर चुके हैं क्यों नहीं क्लीयर जिते तूमर साहब की गल करते हैं तूमर साहब हमेशा ही चलाकी से रेंदे आ एक यहोजा मिनिस्टर आ जिहड़ा पहला बंदे नूं डराउण की कोशिश करते बाद में अपन गलों से फसाउण की कोशिश करते साडी ऑल इंडिया मोटर कांग्रेस ने स्ट्राइक की सी उस स्ट्राइक के बिच साडियां मंगां लिखती रूप में गल हुई सी कि आह साडियां मंगां आ ये असीं मन्नांगे तो साडी स्ट्राइक खुलाती स्ट्राइक खुलण तो बाद जिहड़ियां मंगां सी ਉਹ ਇੱਕ ਵੀ ਮੰਗ ਨਹੀਂ ਮੰਨੀ ਠੰਡੇ ਬਿਸਤਰੇ 'ਚ ਪਾ ਦਿੱਤੀ ਪੰਜਾਬ ਸਰਕਾਰ ਨੇ ਵੀ ਕੇਂਦਰ ਸਰਕਾਰ ਨਾਲ ਗੱਲ ਕਰਨੀ ਉਹਨੂੰ ਲੈ ਕੇ ਪੰਜਾਬੀ ਕੁਰਬਾਨੀਆਂ ਵਾਲੇ ਲੋਕ ਆ ਅਤੇ ਜਿਸ ਤਰੀਕੇ ਨਾਲ ਹੁਣ ਇਹ ਸੰਘਰਸ਼ ਅੱਗੇ ਵੱਧ ਰਿਹਾ ਆ ਮੈਂ 3 ਵਾਰੀ ਦਿੱਲੀ ਜਾਇਆ ਪਹਿਲਾਂ 5-6 ਕਿਲੋਮੀਟਰ ਦਾ ਫਿਰ 8 ਕਿਲੋਮੀਟਰ ਦਾ ਹੋ ਗਿਆ ਹੁਣ 10-12 ਕਿਲੋਮੀਟਰ ਦਾ ਹੋ ਗਿਆ ਕੱਲ੍ਹ ਜਾਵਾਂਗੇ ਗੁਰੂ ਦੇ ਲਾਡਰੇ ਨਿਹੰਗ ਸਿੰਘ ਵੀ ਗਏ ਹੋਏ ਆ ਮੇਰਾ ਕਹਿਣਾ ਕਿ ਹੋਰ 2 ਕਿਲੋਮੀਟਰ 3 ਵੱਧ ਗਿਆ ਹੋਊਗਾ ਇਹ ਪੰਜਾਬੀ ਆ ਯੋਧੇ ਆ ਕੁਰਬਾਨੀਆਂ ਦੇਣ ਵਾਲੇ ਲੋਕ ਆ ਇਹ ਜ਼ਰੂਰ ਆਪਣਾ ਜਿਹੜਾ ਮਸਲਾ ਹੈ ਕਿਸਾਨਾਂ ਦਾ ਹੱਲ ਹੋਊਗਾ ਪਰ ਇਹ ਮੋਦੀ ਸਰਕਾਰ ਦਾ ਜਿਹੜਾ ਹੰਕਾਰ ਹੈ ਜ਼ਰੂਰ ਟੁੱਟੂਗਾ ਇੱਕ ਚੀਜ਼ ਦੱਸਿਓ ਇੱਕ ਪਾਸੇ ਜਿੱਥੇ ਖੱਟਰ ਨੂੰ ਕੈਪਟਨ ਨੇ ਗੱਲ ਕਰਨ ਨੂੰ ਮਨਾ ਕਰਤਾ ਸੀ ਅਤੇ ਕੱਲ੍ਹ ਜਦੋਂ ਸੈਂਟਰ ਨਾਲ ਉਹਨਾਂ ਦੀ ਮੀਟਿੰਗ ਹੋਈ ਆ ਆ ਕੇ ਉਹ ਕਹਿ ਰਹੇ ਕਿਸਾਨਾਂ ਨੂੰ ਕਿ ਜਲਦ ਤੋਂ ਜਲਦੀ ਜਿਹੜਾ ਇਹ ਨਿਪਟੇਰਾ ਕਰ ਲੈਣਾ ਚਾਹੀਦਾ ਕਿਤੇ ਨਾ ਵਰਤਾ ਨਹੀਂ ਹੈਗਾ ਕਿ ਕੈਪਟਨ ਸਰਕਾਰ ਵੀ ਜਿਹੜੀ ਕਿਸਾਨਾਂ ਦੇ ਉੱਪਰ ਸੈਂਟਰ ਗੌਰਮੈਂਟ ਦੇ ਦਬਾਅ 'ਚ ਆ ਗਈ ਹੈ मेरा ख्याल ये नहीं हो सकता भी पंजाब की जी सरकार है मैं दिल्ली भी गया उत्थे भी उन्होंने यही कहा भी सानू पंजाब का जिहड़ा आ गया हरियाणे वाले ने भी कहा कि पंजाब का किसान मुख्यमंत्री कैप्टन अमरिंदर सिंह किसानों के नाल खड़े आ तुसीं भी समझदे आ जिन्ने दिन तो किसान पंजाब दे संघर्ष मैं देखो ये बारे तो कैप्टन साहब दस सकते कि उन्होंने किवें बयान दिए किस मैजे ने दस सकते मैं दस नहीं सकता पर मेरा ख्याल जितों तक हले तक लगता है कि जी कांग्रेस पार्टी आ कैप्टन अमरिंदर सिंह मुख्यमंत्री हले तक लगता कल की होना मैं कुछ कह नहीं सकता ठीक लगता कल पर मैं तो एक गल कही आ कि मैं पिछले समय तो संघर्ष कर रहा तुम भी सारे जाणू हो 9 प्रोग्राम कर चुके चाहे अकाली अपने बीजेपी लीडर के घर घेरे चाहे रोड ब्लॉक किए चाहे SDM दफ्तर के धरने दिए चाहे पुतले फूके सिर्फ से सिर्फ काले झंडे थले कर रहे हैं कोई सियासी पार्टी के नाल अपना ना कोई इस टाइम तो संबंध है भी प्रोग्राम करने लैके ना ही सियासत इतने करनी चाहिए है ये प्रोग्राम ऐसा होंगे कोई भी पार्टी है पार्टी वाइज साइड से रख के किसानों के झंडे थले और काले झंडे थले या किसान के झंडे थले करो तो ज़्यादा वधिया होगा जी आप सियासत करांगे तो मेरा क्या सियासत का समा पिया उदो सियासत हो जाए अच्छ किसानों की गल है तो किसानों की गल हो जाए ज़्यादा वधिया मेरा केंद्र सरकार के 3 खेती कानूनों खिलाफ अंदोलन कर रहे किसानों ने 8 दिसंबर को भारत बंद का ऐलान किया है। इस दे नाल ही किसानों ने चेतावनी दी है कि जेकर सरकार उन्हां दीआं मंगां नहीं मंनदी तां हो राष्ट्रीय राजधानी वल जाण वालियां होर सड़कां बंद कर देंगे। सरकार नाल अज पंजवें दौर की गलबात तो पहला किसानों ने होर सख्त रुख अख्तियार कर लिया। जानकारी दिंदिआं भारतीय किसान यूनियन के जनरल सकत्तर HS लखोवाल ने दस्सिया कि 8 दिसंबर को भारत बंद का सद्दा दिता गया है। उन्होंने दस्सिया कि अज 5 दिसंबर को देश भर च प्रधानमंत्री नरेंद्र मोदी अते कारपोरेट घराणियां दे पुतले फूके जाणगे। सरकार किसानां दीआं दलीलां मन के कानूनां च सोध करन लई तैयार हो गई है पर किसानां ने कहा कि असीं कानून वापस करवा के ही जावांगे सानूं सोध मंजूर नहीं है। दस्सियोग है कि अज यानी 5 दिसंबर नूं केंद्र नाल किसानां दी 5वें दौर दी बैठक है। दस्सियोग है कि केंद्र सरकार ने वीरवार नूं किसानां दे प्रतिनिधियां दे नाल 4थे दौर दी गल्लबात कीती। दोहां पक्खां च बैठक 8 घंटिआं तक चली पर कोई ठोस हल नहीं निकल सकिआ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਪ੍ਰੈਲ ਤੋਂ ਮਈ 2021 ਦੇ ਦੌਰਾਨ ਸੂਬਾ ਪੱਧਰ ਤੇ ਮਨਾਏ ਜਾਣ ਵਾਲੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਦਾ ਲੋਗੋ ਵਰਚੁਅਲ ਢੰਗ ਦੇ ਨਾਲ ਜਾਰੀ ਕੀਤਾ। ਪਹਿਲਾਂ ਪ੍ਰਸਤਾਵਿਤ 2 ਪੜਾਵਾਂ ਦੇ ਜਸ਼ਨਾਂ ਦੀ ਥਾਂ ਕੋਵਿਡ ਕਰਕੇ ਹੁਣ ਇਹ ਜਸ਼ਨ 1 ਪੜਾਅ 'ਚ ਮਨਾਏ ਜਾਣਗੇ। ਪਾਰਟੀ ਦਫ਼ਤਰ ਹੈੱਡਕੁਆਰਟਰ ਜਲੰਧਰ ਕੈਂਟ ਵੱਲੋਂ ਜਲੰਧਰ ਕੈਂਟ ਦੇ APS ਸਕੂਲ ਪ੍ਰਾਇਮਰੀ ਵਿੰਗ ਦੀ ਗਰਾਊਂਡ 'ਚ ਭਾਰਤੀ ਫੌਜ ਦੀ ਭਰਤੀ 4 ਜਨਵਰੀ ਤੋਂ ਸ਼ੁਰੂ ਹੋ ਕੇ 31 ਜਨਵਰੀ 2021 ਤੱਕ ਹੋਣ ਜਾ ਰਹੀ ਹੈ। ਇਸ ਭਾਰਤੀ ਰੈਲੀ 'ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, SBS ਨਗਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੇ ਉਮੀਦਵਾਰ ਦੀ ਸਕਰੀਨਿੰਗ ਕੀਤੀ ਜਾਵੇਗੀ। ਤੇ
नवे खेती कानून विरुद्ध दिल्ली दिया सरहदा ते करीब हफ्ते भर तो चल रहा किसान अंदोलन लगातार जोर फड़दा जा रहा है। इस विचाले किसान जथेबंदियां अते केंद्र सरकार आज पिछले पंजवें दौर दी गलबात होवेगी। मन्या जा रहा है कि इस बैठक च कोई फैसला हो सकता है। अजिहा इसलिए क्योंकि पिछली बैठक तो बाद खेतीबाड़ी मंत्री नरेंद्र तोमर ने किसानां दीआं कई मंगां ते विचार दा भरोसा दिता सी। हालांकि किसान इन्हां कानूनां नूं वापस करवाउण ते अड़े होए ने अते इस दे लई उन्हां ने संसद दा विशेष इजलास बनाउण दी मांग कीती सी। पंजाब दे वख-वख वर्गां वल्लों जिथे नवे तीन खेती कानूनां नूं रद्द करवाउण लई किसानां दा समर्थन कीता जा रहा है, उत्थे हुण पंजाब रोडवेज पनबस ते मुलाजमां वल्लों भी किसान अंदोलन विच शामिल होण दा ऐलान कीता गया है। पंजाब रोडवेज यानी कि पनबस ठेका मुलाजम यूनियन दे सूबा प्रधान रेशम सिंह गिल ने जानकारी दिंदिया दस्सिया कि किसान विरोधी खेती कानूनां दे विरोध विच अज यानी 5 दिसंबर नूं मुलाजम पंजाब विच पंजाब रोडवेज दा चक्का जाम करके सूबे दे सारे बस डिपुआं ते केंद्र सरकार विरुद्ध रोस प्रदर्शन करनगे अते प्रधानमंत्री श्री नरेंद्र मोदी दे पुतले साड़नगे। जथेबंदी दे सूबाई आगू अते जिला लुधियाना दे प्रधान शमशेर सिंह ने दस्सिया कि 12 तों लैके बाद दोपहर 1 बजे तक 1 घंटे ਲਈ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ।